नमस्कार जी, सत श्री अकाल। तुसी देख रहे हो एकता लहर न्यूज़। एकता लहर दी न्यूज़ अज पहुँची है जी, मलसिया दे विच पहुँचे हाँ। सानू पता लगा सी इत्थे दा एक नौजवान जिहड़ा जज बनिया। अजकल दी जिहड़ी पीढ़ी आ उह ज़्यादातर बाहर कनेडा फॉरन जा रही आ। बहुत सारी पीढ़ी इत्थों बाहर नूं मूव कर रही आ, पर जिन्हां ने पढ़ना आ पढ़ाई दे विच होशियार ने, कुछ जज नकोदर तो भी बने सी। अज सानू पता लगा कि मलसिया तो माधव अग्रवाल जी जिहड़े के जज बने ने, बहुत ही खुशी हुई है सानू। जो पता लगा सी उस वेले मलसिया दे विच आ गए। हालांकि ये फैमिली बड़ी बड़ा इन्हां दा ना आ मलसिया दे विच, बड़ी वधिया एक फैमिली आ, रिच फैमिली आ, इन्हां नूं किसे चीज़ की कमी नहीं। पर जदों बच्चा पढ़ लिख के होशियार बन जाता, जज बन जाए, तो घर वालों का मान जिहड़ा सेरा जिहड़ा मान दे नाल उच्चा हो जाता। माधव अग्रवाल जी मेरे नाल ने, मैं थोड़ी जी गलबात इन्हां नाल जरूर करांगा, क्योंकि जिहड़े बच्चे पढ़ते लिखते ने और इन्नी उचाई ते जांदे ने छोटी जी उम्र दे विच, उम्र भी ज़्यादा नहीं हैगी, छोटी जी उम्र आ। सब तो पहले मैं सर स्वागत है तुहाडा एक कलर रिव्यू। थैंक यू सर, थैंक यू। सब तो पहले अपना नाम पूरा दस्सो जी। मेरा नाम जी माधव अग्रवाल है। मेरे फादर साहब संजीव कुमार गर्ग जी, ते मेरे ग्रैंडफादर साहब गोवर्धन लाल अग्रवाल जी ने, मलसिया तो। हाँ जी, मलसिया तो जी। तो माधव अग्रवाल जी मलसिया तो। सर सब तो पहले ਤੁਹਾਨੂੰ ਸਾਡੀ ਏਕਤਾ ਲਹਿਰ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ। ਥੈਂਕ ਯੂ। ਤੁਹਾਡੀ ਸਾਰੀ ਫੈਮਿਲੀ ਨੂੰ, ਤੁਹਾਡੇ ਫਾਦਰ ਸਾਹਿਬ ਨੂੰ, ਤੁਹਾਡੇ ਚਾਚਾ ਜੀ ਬੈਠੇ ਨੇ, ਬਹੁਤ ਬਹੁਤ ਧੰਨਵਾਦ। ਤੁਹਾਡੀ ਸਾਰੀ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਸਰ, ਥੈਂਕ ਯੂ ਜੀ। ਇੱਕ ਪਹਿਲਾਂ ਮੈਂ ਤੁਹਾਡੀ ਥੋੜ੍ਹੀ ਜਿਹੀ ਇੱਕ ਏਜ ਜਾਣਨਾ ਚਾਹਾਂਗਾ, ਕਿੰਨੀ ਏਜ ਆ ਜੀ ਤੁਹਾਡੀ? ਮੇਰਾ ਸਰ 96 ਬੋਰਨ ਹੈ, ਮੈਂ 28 ਸਾਲ ਦੀ ਉਮਰ ਹੈ ਜੀ ਮੇਰੀ। 28 ਸਾਲ ਦੀ ਉਮਰ? ਹਾਂਜੀ। ਅੱਜ ਤੁਸੀਂ ਇੱਕ ਬਹੁਤ ਉੱਚੀ ਪਦਵੀ ਆ, ਜੱਜ ਦੀ ਪਦਵੀ ਬਹੁਤ ਵਧੀਆ ਹੁੰਦੀ ਆ, ਉੱਚੀ ਪਦਵੀ ਹੁੰਦੀ ਆ, ਉਸ 'ਤੇ ਥੋੜ੍ਹਾ ਜਿਹਾ ਜਾਣਨਾ ਚਾਹਾਂਗਾ ਤੁਸੀਂ ਪੜ੍ਹੇ ਕਿੱਥੋਂ ਆ, ਕਿੱਥੋਂ? ਸਰ ਪਹਿਲਾਂ ਤਾਂ ਇੱਥੋਂ ਮੈਂ ਨਰਸਰੀ ਜਿਹੜੀ ਹੈ ਉੱਥੇ ਲੋਕਲ ਸਕੂਲ ਤੋਂ ਕੀਤੀ ਹੈ, ਨਰਸਰੀ ਅਤੇ LKG, ਫਿਰ ਰਾਈਟ ਫਰੋਮ UKG ਟਿਲ ਮਾਈ ਮੈਟ੍ਰਿਕ ਆਈ ਹੈਵ ਵੈਂਟ ਟੂ ਸੇਂਟ ਜੂਡਸ ਕੋਨਵੈਂਟ ਸਕੂਲ ਨਕੋਦਰ। ਫਿਰ ਉਸ ਤੋਂ ਬਾਅਦ ਮੈਂ ਕਮਰਸ ਸਟਰੀਮ ਜੁਆਇਨ ਕੀਤੀ ਸੀਗੀ MGN ਪਬਲਿਕ ਸਕੂਲ ਆਦਰਸ਼ ਨਗਰ ਜਲੰਧਰ ਦੇ ਵਿੱਚ, ਪਲੱਸ ਟੂ ਤੱਕ ਉੱਥੋਂ। ਫਿਰ ਉਸ ਤੋਂ ਬਾਅਦ ਸਰ ਮੈਂ ਜਿਵੇਂ ਮੇਰਾ ਸ਼ੁਰੂ ਤੋਂ ਹੀ 6th ਤੋਂ ਮੇਰਾ ਏਮ ਸੀਗਾ ਕਿ ਮੈਂ ਜੁਡੀਸ਼ੀਅਲ ਸਰਵਿਸਿਜ਼ ਵੱਲ ਹੀ ਜਾਣਾ ਹੈ। 6th ਤੋਂ ਹੀ ਮੈਂ ਇਹ ਚੀਜ਼ ਆਪਣੇ ਮਨ 'ਚ ਸੋਚ ਰੱਖੀ ਸੀ, ਅਤੇ ਫਿਰ ਮੈਂ ਲੋਅ ਜੁਆਇਨ ਕੀਤੀ, ਡਿਪਾਰਟਮੈਂਟ ਆਫ ਲੋਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮੈਂ ਲੋਅ ਗ੍ਰੈਜੂਏਟ ਹਾਂ। ਫਿਰ 2019 ਉਹ ਕੰਪਲੀਟ ਹੁੰਦੀ ਹੈ, ਅਤੇ ਨਾਲ ਦੀ ਨਾਲ ਹੀ ਮੈਂ ਆਪਣੀ ਪ੍ਰੈਪਰੇਸ਼ਨ ਜਿਹੜੀ ਆ ਉਹ ਸਟਾਰਟ ਕਰ ਦਿੰਦਾ ਜੀ। ਮਤਲਬ ਸਰ ਇੱਕ ਆਸ਼ੀਰਵਾਦ ਹੁੰਦਾ ਗੁਰੂਆਂ ਦਾ? ਹਾਂਜੀ ਸਰ, ਗੁਰੂਆਂ ਦਾ ਆਸ਼ੀਰਵਾਦ ਸਭ ਨਾਲੋਂ ਪਹਿਲੇ ਹੁੰਦਾ। ਬਿਲਕੁਲ ਜੀ। ਉਹਦੇ ਬਾਰੇ ਮੈਂ ਜਾਣਨਾ ਚਾਹਾਂਗਾ, ਕਿਹਨਾਂ ਦਾ ਆਸ਼ੀਰਵਾਦ ਤੁਹਾਡੇ 'ਤੇ ਰਿਹਾ ਵੀ ਜਿਹੜਾ ਤੁਸੀਂ ਇੱਥੇ ਪਹੁੰਚੇ ਹੋ? ਸਰ ਥਰੂ ਆਊਟ ਮੇਰੀ ਜਰਨੀ ਅਗਰ ਮੈਂ ਬਚਪਨ ਤੋਂ ਹੀ ਕਹਾਂ, ਗੁਰੂ ਤਾਂ ਕਾਫੀ ਮਤਲਬ ਕਿ ਰਹੇ ਨੇ, ਮੇਰੇ ਟੀਚਰਸ ਅੱਜ ਵੀ ਮੈਨੂੰ ਯਾਦ ਨੇ ਸਰ ਜਿਹੜੇ ਮੇਰੇ ਰਹੇ ਨੇ। ਸਭ ਤੋਂ ਪਹਿਲਾਂ ਸਰ ਮੈਂ ਨਾਮ ਲੈਣਾ ਚਾਹੂੰਗਾ ਮੇਰੇ ਸੇਂਟ ਜੂਡਸ, ਜਦੋਂ ਮੈਂ ਪੜ੍ਹਦਾ ਹੁੰਦਾ ਸੀ ਨਾ, ਅਤੇ ਹਿਸਟਰੀ ਮੇਰਾ ਬੜਾ ਫੇਵਰੇਟ ਹੁੰਦਾ ਸੀਗਾ। ਮੈਂ ਬਾਕੀ ਸਾਰੇ ਸਬਜੈਕਟਸ ਦੇ ਵਿੱਚ ਨਾ ਕੁਛ ਖਾਸ ਮਤਲਬ ਕਿ ਬਟ ਐਵਰੇਜ ਜਿਹਾ ਰਿਹਾ ਸੀਗਾ, ਪਰ ਹਿਸਟਰੀ ਐਂਡ ਸਿਵਿਕਸ ਜਿਹੜਾ ਪੇਪਰ ਸੀਗਾ ਉਹਦੇ ਵਿੱਚ ਮੈਂ 92 ਉਸ ਟਾਈਮ ਸਕੋਰ ਕੀਤੇ ਸੀਗੇ, ਅਤੇ ਸਿਬੈਸਟੀਅਨ ਸਰ ਹੁੰਦੇ ਸੀਗੇ, ਮੈਂ ਉਹਨਾਂ ਦਾ ਬਹੁਤ ਅੱਜ ਵੀ ਧੰਨਵਾਦ ਕਰਨਾ ਚਾਹੂੰਗਾ ਕਿ ਉਹ ਵੀ ਇੱਕ ਮਤਲਬ ਕਿ ਸਿਵਿਕਸ ਜਿਹੜਾ ਬੇਸਿਕਲੀ ਇੱਕ ਬੇਸ ਹੈਗਾ ਲੋਅ ਲਈ, ਉਹਦਾ ਮੈਨੂੰ ਕਾਫੀ ਉਹਨਾਂ ਨੇ ਕਰਿਆ। ਫਿਰ ਉਸ ਤੋਂ ਬਾਅਦ ਸਰ ਜਦੋਂ ਮੈਂ MGN 'ਚ ਗਿਆ, ਮੇਰੇ ਸਾਰੇ ਟੀਚਰਸ ਜਿਹੜੇ ਸੀਗੇ ਉਹਨਾਂ ਦਾ ਕਾਫੀ ਹੱਥ ਰਿਹਾ ਹੈ। ਅਨੁਪਮ ਮੈਮ ਨੇ, ਨੀਲਮ ਘੋਸ਼ ਮੈਮ ਸੀਗੇ, ਅੱਜ MGN ਦੇ ਪ੍ਰਿੰਸੀਪਲ ਸਰ ਨੇ KS ਰੰਧਾਵਾ ਜੀ, ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਉਹਨਾਂ ਨੇ ਸਾਨੂੰ ਇਕਨੋਮਿਕਸ ਪੜ੍ਹਾਈ ਹੈ। ਫਿਰ ਉਸ ਤੋਂ ਬਾਅਦ ਦੁੱਗਲ ਮੈਮ ਸੀਗੇ, ਉਹਨਾਂ ਦਾ ਕਾਫੀ ਧੰਨਵਾਦ ਹੈ। ਔਰ ਪ੍ਰਾਈਮੈਰੀਲੀ ਅਗਰ ਮੇਰੀ ਇਸ ਪਰਟੀਕੁਲਰ ਜਰਨੀ ਦੀ ਗੱਲ ਕਰੀਏ, ਤਾਂ ਮੇਰੇ ਗੁਰੂ, ਮੇਰੇ ਮੈਂਟਰ, ਮੇਰੇ ਗਾਈਡ ਉਹ ਸ਼੍ਰੀ ਵਿਕਾਸ ਕੌਸ਼ਲ ਸਰ ਨੇ, ਅਕੈਡਮੀ ਰਨ ਕਰਦੇ ਨੇ ਉਹ ਜੁਡੀਸ਼ੀਅਲ ਸਰਵਿਸਿਜ਼ ਦੀ ਚੰਡੀਗੜ੍ਹ ਦੇ ਵਿੱਚ, ਕੌਸ਼ਲ ਸਟੱਡੀ ਅਕੈਡਮੀ ਦੇ ਨਾਮ ਤੋਂ। ਉਹਨਾਂ ਦਾ ਕਾਫੀ ਮਤਲਬ ਕਿ ਸਭ ਤੋਂ ਜ਼ਿਆਦਾ ਯੋਗਦਾਨ ਹੀ ਉਹਨਾਂ ਦਾ ਮੈਨੂੰ ਅੱਜ ਬਣਾਉਣ ਦੇ ਵਿੱਚ, ਬੱਚਿਆਂ ਦੀ ਤਰ੍ਹਾਂ ਆਪਣੇ ਬੱਚੇ ਦੀ ਤਰ੍ਹਾਂ ਟ੍ਰੀਟ ਕਰਨਾ। ਫਿਰ ਕੋਈ ਗਲਤੀ, ਕੋਈ ਜੋ ਵੀ ਹੈਗਾ, ਅਗਰ ਮੈਂ ਕੋਈ ਪ੍ਰੈਪਰੇਸ਼ਨ ਦੇ ਟਾਈਮ ਕੁਛ ਵੀ ਹੈਗਾ ਉਹਨੂੰ ਉਸ ਤਰ੍ਹਾਂ ਉਜਾਗਰ ਕਰਨਾ, ਬੇਟੇ ਨਹੀਂ ਆਪਾਂ ਇਸ ਤਰ੍ਹਾਂ ਇਹਨੂੰ ਕਰ ਲਈਏ। ਫਿਰ ਪੜ੍ਹਾਉਣ ਦਾ ਤਰੀਕਾ ਜਿਹੜਾ ਹੁੰਦਾ ਸੀਗਾ, ਕਿਉਂਕਿ ਇਹ ਜਿਹੜਾ ਐਗਜ਼ਾਮ ਹੈ 3 ਸਟੇਜਿਸ ਦੇ ਵਿੱਚ ਹੈ, ਪ੍ਰੀਲਿਮਸ, ਮੇਨਸ ਅਤੇ ਇੰਟਰਵਿਊ, ਹਰੇਕ ਸਟੇਜ ਦੀ ਇੱਕ ਆਪਣੀ ਸਟ੍ਰੈਟੇਜੀ ਸਰ ਦੀ ਖੁਦ ਦੀ ਹੁੰਦੀ ਸੀ। ਇਫ ਵੀ ਟੋਕ ਅਬਾਊਟ ਪ੍ਰੀਲਿਮਸ, ਪ੍ਰੀਲਿਮਸ ਦੇ ਵਿੱਚ ਸਰ ਦਾ ਇੱਕ ਬੜਾ ਫੋਕਸ ਹੁੰਦਾ ਸੀਗਾ ਕਿ ਬੇਅਰ ਐਕਟ ਸੈਂਟ੍ਰਿਕ ਅਪਰੋਚ, ਸਾਡੇ ਲੋਜ਼ ਦੇ ਵਿੱਚ ਜਿਹੜਾ ਵੀ ਸਾਡਾ ਲੋਅ ਹੈ ਨਾ ਉਹ ਬੇਅਰ ਐਕਟ ਦੇ ਵਿੱਚ ਕੋਡਿਡ ਹੈ।
ਬੇਅਰੈਕਟ ਸੈਂਟ੍ਰਿਕ ਅਪਰੋਚ ਸਰ ਥਰੂ ਆਊਟ ਕਹਿੰਦੇ ਸੀ ਲੋਅ ਕੁਛ ਵੀ ਹੋ ਜਾਏ ਮਾਨਯੋਗ ਅਦਾਲਤਾਂ ਕੁਛ ਵੀ ਜਜਮੈਂਟਸ ਦੇ ਦੇਣ ਉਹ ਪਰ ਜਿਹੜਾ ਲੋਅ ਹੈ ਉਹ ਬੇਅਰੈਕਟਸ 'ਤੇ ਹੀ ਚੱਲਣਾ ਹੈ ਅਤੇ ਸਾਡਾ ਜਿਹੜਾ ਲੋਅ ਹੈ ਪ੍ਰੀਲਿਮਸ ਦਾ ਤਾਂ ਬੇਸਿਕਲੀ ਬੇਅਰੈਕਟ ਬੇਸਡ ਹੁੰਦਾ ਸੀਗਾ ਉਹਨਾਂ ਦੀ ਇੱਕ ਇੰਡੈਕਸ ਮਾਰਕਿੰਗ ਦੀ ਟੈਕਨੀਕ ਹੁੰਦੀ ਸੀਗੀ ਕਿ ਜੋ ਵੀ ਤੁਹਾਡਾ ਬਾਹਰ ਲਿਖਿਆ ਹੋਇਆ ਪੇਪਰ ਬੇਅਰੈਕਟ ਦੇ ਵਿੱਚ ਅੰਦਰ ਲਿਖਿਆ ਨਾ ਸਰ ਨੇ ਇੰਡੈਕਸ 'ਤੇ ਹੀ ਕਰਵਾ ਦੇਣਾ ਸਾਨੂੰ ਮਾਰਕ ਉਹ ਉਹਨਾਂ ਕੀ ਹੁੰਦਾ ਸੀਗਾ ਮੇਰਾ ਸਾਰਾ ਸਿਲੇਬਸ ਤਕਰੀਬਨ ਨਾ 100 ਪੰਨਿਆਂ ਦੇ ਵਿੱਚ ਜਿਹੜਾ ਤੁਸੀਂ ਕਹਿ ਲਓ ਕਿ ਵਾਸਟ ਸਿਲੇਬਸ ਹੈ ਉਹ ਸਾਰਾ ਸਰ ਮੈਨੂੰ ਕੰਪਾਈਲ ਕਰਕੇ 100 ਪੰਨਿਆਂ ਦੇ ਵਿੱਚ ਸਰ ਨੇ ਦੇ ਤਾ ਜੀ ਫਿਰ ਉਸ ਤੋਂ ਬਾਅਦ ਮੇਨਸ ਦੀ ਸਟ੍ਰੈਟੇਜੀ ਆ ਜਾਂਦੀ ਉਹਦੇ ਵਿੱਚ ਸਰ ਸਭ ਤੋਂ ਜ਼ਿਆਦਾ ਰਹਿੰਦਾ ਹੈ ਆਂਸਰ ਰਾਈਟਿੰਗ ਦਾ ਪੇਪਰ ਲਿਖ ਕੇ ਆਉਣਾ 3 ਘੰਟੇ ਦੇ ਵਿੱਚ ਇੰਨਾ ਲੈਂਦੀ ਪੇਪਰ ਕੰਪਲੀਟ ਕਰਨਾ ਔਰ ਸਪੈਸ਼ਲੀ ਹਰਿਆਣਾ ਦਾ ਜਿਹੜਾ ਇਸ ਵਾਰ ਦਾ ਪੇਪਰ ਸੀਗਾ ਉਹ ਕਾਫੀ ਕੁਸ਼ਚਨ ਪੇਪਰ ਹੀ ਇਨ ਇਟਸੈਲਫ ਕਾਫੀ ਲੈਂਥੀ ਸੀਗਾ ਮੈਂ ਪਹਿਲਾਂ ਪੰਜਾਬ ਪੇਪਰ ਕੀਤਾ ਸੀ ਉਹ 1.5 ਪੇਜ ਦਾ ਕੁਸ਼ਚਨ ਪੇਪਰ ਸੀਗਾ ਪਰ ਇਸ ਵਾਰ ਜਿਹੜਾ ਹਰਿਆਣਾ ਦਾ ਪੇਪਰ ਸੀਗਾ ਉਹ 4 ਪੇਜਿਸ ਦਾ ਇਕੱਲਾ ਕੁਸ਼ਚਨ ਪੇਪਰ ਹੀ ਸੀ 4 ਪੇਜ ਦਾ ਸੀ ਹਾਂਜੀ ਅਤੇ ਉਹ ਪੇਪਰ ਪੜ੍ਹਨਾ ਫਿਰ ਜਿੱਦਾਂ ਆਪਾਂ ਰੀਅਲ ਲਾਈਫ ਦੇ ਵਿੱਚ ਦੇਖਦੇ ਹਾਂ ਕਿ ਸਾਡੇ ਕੋਲ ਕੋਈ ਕੇਸ ਆ ਗਿਆ ਉੱਦਾਂ ਹੀ ਉਹ ਕੇਸਿਸ ਡਰਾਫਟ ਕੀਤੇ ਹੋਏ ਸੀਗੇ ਮਾਨਯੋਗ ਅਦਾਲਤਾਂ ਵੱਲੋਂ ਜਾਂ ਮਾਨਯੋਗ ਸਿਲੈਕਸ਼ਨ ਕਮੇਟੀ ਵੱਲੋਂ ਉਹ ਪੇਪਰ ਜਿਹੜੇ ਸੀਗੇ ਡਰਾਫਟ ਬਹੁਤ ਬਿਊਟੀਫੁਲੀ ਉਹ ਪੇਪਰ ਡਰਾਫਟਡ ਸੀਗੇ ਅਤੇ ਕਹਿ ਲਓ ਪਰਮਾਤਮਾ ਸਦਕਾ ਜਾਂ ਮੇਰੇ ਸਭ ਤੋਂ ਜ਼ਿਆਦਾ ਤਾਂ ਮੈਂ ਕਹੂੰਗਾ ਮੇਰੇ ਗੁਰੂ ਦਾ ਆਸ਼ੀਰਵਾਦ ਸੀਗਾ ਕਿ ਮੈਨੂੰ ਉੱਥੇ ਕੋਈ ਹਿੱਚ ਨਹੀਂ ਹੋਈ ਆਪਣੇ ਪੇਪਰ ਸੋਲਵ ਕਰਦਿਆਂ ਨੂੰ ਮੇਰਾ ਇੰਨਾ ਕੁ ਉਹਨਾਂ ਨੇ ਕੋਨਫੀਡੈਂਸ ਵੀ ਬੂਸਟ ਕੀਤਾ ਹੋਇਆ ਸੀ ਆਂਸਰ ਰਾਈਟਿੰਗ ਦੀ ਇੰਨੀ ਪ੍ਰੈਕਟਿਸ ਕੀਤੀ ਹੋਈ ਸੀ ਮੈਂ ਰੋਜ਼ ਸਰ ਨੂੰ ਪੇਪਰ ਚੈੱਕ ਜਿੰਨੇ ਵੀ ਟੈਸਟ ਸੀਰੀਜ਼ ਦੇ ਹੁੰਦੇ ਸੀ ਮੈਂ ਪੇਪਰ ਕਰਕੇ ਭੇਜਦਾ ਹੁੰਦਾ ਸੀਗਾ ਚੈੱਕ ਕਰਕੇ ਟਾਈਮ 'ਤੇ ਆਉਣੇ ਕੋਈ ਗਲਤੀ ਹੈ ਉਹ ਸਰ ਨੇ ਸਪੈਸੀਫਿਕਲੀ ਦੱਸਣੀ ਇਹ ਇਕੱਲਾ ਮੈਂ ਨਹੀਂ ਕਹੂੰਗਾ ਅਗਰ ਸਰ ਕੋਈ ਵੀ ਬੱਚਾ ਪੜ੍ਹਿਆ ਨਾ ਉਹ ਇੰਨੀ ਗੱਲ ਕਹੇਗਾ ਕਿ ਸਰ ਪਰਸਨਲੀ ਹਰੇਕ ਬੱਚੇ ਵੱਲ ਇੰਟਰਸਟ ਲੈਂਦੇ ਸੀ ਦੈਨ ਕਮਿੰਗ ਟੂ ਇੰਟਰਵਿਊਜ਼ ਇੰਟਰਵਿਊਜ਼ ਸਾਨੂੰ ਲੱਗਦਾ ਕਿ ਇਹ ਪੇਪਰ ਲਿਖਣਾ ਮੇਨ ਸਟੇਜ ਹੈ ਬਟ ਇੰਟਰਵਿਊ ਵੀ ਬਹੁਤ ਰਿਸਕੀ ਸਟੇਜ ਹੈ ਕਿਉਂਕਿ ਪੰਜਾਬ ਦੇ ਵਿੱਚ ਮੇਰਾ ਮੇਨਸ ਕਲੀਅਰ ਹੋ ਗਿਆ ਸੀਗਾ ਮੈਂ ਇੰਟਰਵਿਊ 'ਚੋਂ ਬਾਹਰ ਹੋਇਆ ਸੀ ਇੱਕ ਮੈਂ ਛੋਟਾ ਜਿਹਾ ਕੁਐਸਚਨ ਤੁਹਾਡੇ ਹੋਰ ਪੁੱਛਣਾ ਚਾਹਾਂਗਾ ਮਲਸੀਆਂ ਦੇ ਵਿੱਚ ਤੁਹਾਡਾ ਕਾਰੋਬਾਰ ਵੀ ਵਧੀਆ ਆ ਤੁਸੀਂ ਫੈਮਿਲੀ ਅੱਛੀ ਫੈਮਿਲੀ ਦੇ ਵਿੱਚੋਂ ਨਾ ਆ ਤੁਹਾਡੀ ਫੈਮਿਲੀ ਦਾ ਤੁਹਾਨੂੰ ਕਿੱਦਾਂ ਸ਼ੌਂਕ ਹੋਇਆ ਵੀ ਆਪਾਂ ਇੰਨੀ ਪੜ੍ਹਾਈ ਕਰਨੀ ਹੈ ਸਰ ਐਕਚੁਅਲ 'ਚ ਸ਼ੌਂਕ ਮੇਰੇ ਫਾਦਰ ਤੋਂ ਹੀ ਹੋਇਆ ਮੈਨੂੰ ਜੀ ਕਿਉਂਕਿ ਨਾ ਮੇਰੇ ਫਾਦਰ ਚਾਹੁੰਦੇ ਕਿਉਂਕਿ ਉਹ ਖੁਦ ਚਾਹੁੰਦੇ ਸੀ ਕਿ ਮੈਂ ਲੋਅ ਕਰਾਂ ਪਰ ਇੱਕ ਟਾਈਮ ਕਿਸੇ ਵੇਲੇ ਫੈਮਿਲੀ 'ਚ ਆ ਜਾਂਦਾ ਇਹੋ ਜਿਹਾ ਕਿ ਥੋੜ੍ਹਾ ਜਿਹਾ ਫਾਈਨੈਂਸ਼ੀਅਲ ਕੰਸਟ੍ਰੇਂਟ ਹੁੰਦਾ ਬੈਕ ਇਨ 1980s ਦੀ ਗੱਲ ਹੋਏਗੀ ਸ਼ਾਇਦ ਉਦੋਂ ਥੋੜ੍ਹਾ ਜਿਹਾ ਸੀਗਾ ਕਿ ਪਾਪਾ ਦੀ ਖੁਦ ਦੀਆਂ 4 ਭੈਣਾਂ ਹੈ ਉਹਨਾਂ ਦੀ ਸ਼ਾਦੀ ਕਰਨੀ ਹੈ ਦੇਖੋ ਆਪਾਂ ਛੋਟੇ ਪਰਿਵਾਰਾਂ 'ਚ ਹੋਈਏ ਤਾਂ ਸਾਨੂੰ ਇੱਕ ਚੀਜ਼ ਦਾ ਹੁੰਦਾ ਹੈ ਕਿ ਪਰ ਅੱਜ ਰੋਕਣਾ ਚਾਹਾਂਗਾ ਸਾਰੇ ਸੁਪਨੇ ਉਹਨਾਂ ਦੇ ਪੂਰੇ ਹੋ ਗਏ ਬਿਲਕੁਲ ਸਰ ਬਿਲਕੁਲ ਜੀ ਔਰ ਮੈਂ ਇੱਕ ਗੱਲ ਕਹੂੰਗਾ ਚਲੋ ਸਰ ਦੀ ਵੀ ਇੱਕ ਹੈਲਪ ਸੀਗੀ ਮੇਰੇ ਫਾਦਰ ਦਾ ਮੇਰੇ ਤਾਂ ਪਰਸਨਲੀ ਇੰਨਾ ਹੈਲਪ ਸੀਗਾ ਨਾ ਇਹ ਆਪਣਾ ਬਿਜ਼ਨਸ ਨਹੀਂ ਦੇਖਦੇ ਹੁੰਦੇ ਸੀਗੇ ਮੇਰੇ ਹਿਸਾਬ ਨਾਲ ਹੋਣਗੇ ਨਹੀਂ ਪੇਰੈਂਟਸ ਹਰੇਕ ਦਾ ਕਰਦਾ ਬਟ ਮੇਰੇ ਫਾਦਰ ਨੇ ਅਲੱਗ ਹੀ ਕੀਤਾ ਮੇਰੇ ਲਈ ਅਲੱਗ ਜਿਵੇਂ 7 ਵਜੇ ਅਗਰ ਉਹ ਆ ਗਏ ਆਪਣੇ ਬਿਜ਼ਨਸ ਦਾ ਕੰਮ ਕਰਕੇ ਅਤੇ 7 ਤੋਂ ਲੈ ਕੇ 11 ਵਜੇ ਤੱਕ ਮੇਰੇ ਫਾਦਰ ਮੈਨੂੰ ਪੜ੍ਹਾਉਂਦੇ ਸੀ ਅੱਜ ਵੀ ਅੱਜ ਦੀ ਡੇਟ ਤੱਕ ਵੀ ਮੇਰੇ ਫਾਦਰ ਨੇ ਮੈਨੂੰ ਪੜ੍ਹਾਇਆ ਮੇਰੇ ਫਾਦਰ ਨੇ ਮਤਲਬ ਕਿ ਛੋਟੇ ਹੁੰਦੇ ਤੋਂ ਲੈ ਕੇ ਅੱਜ ਤੱਕ ਮੇਰੇ ਫਾਦਰ ਨੇ ਮੈਨੂੰ ਪੜ੍ਹਾਇਆ ਇਹਦਾ ਮਤਲਬ ਤੁਹਾਡੇ ਫਾਦਰ ਵੀ ਕਾਫੀ ਪੜ੍ਹੇ ਲਿਖੇ ਪੜ੍ਹਾਈ ਹਾਂਜੀ ਪੜ੍ਹੇ ਨਹੀਂ ਇਹਨਾਂ ਨੂੰ ਪੜ੍ਹਨ ਦਾ ਸ਼ੌਂਕ ਮੇਰੀ ਫੈਮਿਲੀ ਸਰ ਮੇਰੇ ਗ੍ਰੈਂਡਫਾਦਰ ਤੋਂ ਹੈ ਮੇਰੇ ਗ੍ਰੈਂਡਫਾਦਰ ਨੂੰ ਆਪਣੇ ਬੱਚਿਆਂ ਨੇ ਪੜ੍ਹਾਇਆ ਮੇਰੇ ਸਭ ਤੋਂ ਜਿਹੜੇ ਵੱਡੇ ਭੂਆ ਜੀ ਸੀਗੇ ਉਹ MSc MPhil ਸੀਗੇ ਬੈਕ ਇਨ ਦੈਟ ਟਾਈਮ ਮੇਰੇ ਸਭ ਤੋਂ ਛੋਟੇ ਭੂਆ ਜੀ ਨੇ ਉਹ ਡਿਸਟ੍ਰਿਕਟ ਟੋਪਰ ਜ਼ੋਨ ਟੋਪਰ ਸੀਗੇ ਆਪਣੇ 10th 12th ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ MA ਕੀਤੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਮਤਲਬ ਕਿ ਸਾਡੇ ਪਿੰਡਾਂ 'ਚ ਘੱਟ ਹੁੰਦਾ ਇਹ ਚੀਜ਼ ਕਿ ਬੱਚੇ ਪੜ੍ਹਦੇ ਘੱਟ ਨੇ ਪਰ ਸਾਡੀ ਫੈਮਿਲੀ ਮੇਰੇ ਗ੍ਰੈਂਡਫਾਦਰ ਨੇ ਮੇਰੇ ਵੱਡੇ ਤਾਇਆ ਜੀ ਨੇ ਸਾਧੂਰਾਮ ਜੀ ਉਹਨਾਂ ਨੇ ਵੀ ਮਤਲਬ ਕਿ ਉਹਨਾਂ ਦਾ ਇੱਕੋ ਹੀ ਸਾਡਾ ਪਰਮਾਤਮਾ ਦੀ ਕਿਰਪਾ ਨਾਲ ਕਹਿ ਲਓ ਕਿ ਆਈ ਐਮ ਬਲੈਸਡ ਕਿ ਮੇਰਾ ਇਸ ਫੈਮਿਲੀ ਦੇ ਵਿੱਚ ਜਨਮ ਹੋਇਆ ਜਿਨ੍ਹਾਂ ਨੇ ਐਜੂਕੇਸ਼ਨ ਨੂੰ ਇੰਨਾ ਬੜਾਵਾ ਦਿੱਤਾ ਔਰ ਮੇਰੇ ਫਾਦਰ ਦਾ ਵੀ ਇਹੀ ਸੁਪਨਾ ਸੀਗਾ ਕਿ ਉਹ ਮੈਨੂੰ ਇੱਕ ਜੁਡੀਸ਼ੀਅਲ ਆਫਿਸਰ ਬਣਨਾ ਦੇਖਣਾ ਚਾਹੁੰਦੇ ਸੀਗੇ ਉਹ ਖੁਦ ਵੀ ਕਰਨਾ ਚਾਹੁੰਦੇ ਸੀ ਚਲੋ ਕਈ ਵਾਰ ਨਹੀਂ ਹੋ ਪਾਉਂਦਾ ਆਈ ਫੀਲ ਕਿ ਉਹ ਅੱਜ ਉਹ ਜ਼ਿੰਦਗੀ ਮੇਰੇ ਥਰੂ ਜੀ ਰਹੇ ਨੇ ਤੁਹਾਡੇ ਬਿਲਕੁਲ ਬਿਲਕੁਲ ਸਰ ਮੈਂ ਇੱਕ ਜਿਹੜੇ ਰਿਚ ਫੈਮਿਲੀ ਵਾਲੇ ਹੁੰਦੇ ਤਕਰੀਬਨ ਬਾਹਰ ਜਾ ਰਹੇ ਆ ਜੇ ਬਾਹਰ ਦਾ ਬਹੁਤ ਮਾਹੌਲ ਬਣਿਆ ਆ ਆਪਾਂ ਸੋਚਦੇ ਨਹੀਂ ਵੀ ਜੇ ਆਪਾਂ ਇੱਥੇ ਪੜ੍ਹ ਲਿਖ ਕੇ ਆਪਾਂ ਵੀ ਇੱਥੇ ਕੁਛ ਨਾ ਕੁਛ ਬਣ ਸਕਦੇ ਸਰ ਬਿਲਕੁਲ ਸਰ ਓਪਰਚੁਨਿਟੀਜ਼ ਬਹੁਤ ਨੇ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਬਲਬੂਤੇ 'ਤੇ ਕਰਨ ਨੂੰ ਬਹੁਤ ਕੁਛ ਹੈ ਬੰਦੇ ਨੂੰ ਪਰਮਾਤਮਾ ਬੰਦੇ ਨੂੰ ਦੋ ਚੀਜ਼ਾਂ ਇੱਕ ਹੱਥ ਪੈਰ ਪਰਮਾਤਮਾ ਨੇ ਚੱਲਣ ਦਿੱਤੇ ਨੇ ਮੱਤ ਦਿੱਤੀ ਹੈ ਸੋਚਣ ਨੂੰ ਬੰਦਾ ਸੋਚੇ ਅਤੇ ਕਰੇ ਸਭ ਕੁਛ ਮੁਮਕਿਨ ਹੈ ਇਹ ਨਹੀਂ ਹੈ ਕਿ ਅਸੀਂ ਬਾਹਰ ਜਾ ਕੇ ਨੌਕਰੀਆਂ ਕਰਨੀਆਂ ਸਾਡੇ ਕੋਲ ਇੱਧਰ ਵੀ ਹੈਗਾ ਸਭ ਕੁਛ ਹੈਗਾ ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਆਪਣਾ ਏਰੀਆ ਆਫ ਇੰਟਰਸਟ ਬੰਦਾ ਦੇਖੇ ਬੱਚਾ ਇਹ ਦੇਖੇ ਕਿ ਮੇਰਾ ਏਰੀਆ ਆਫ ਇੰਟਰਸਟ ਕੀ ਹੈ ਉਸ ਵੱਲ ਨੂੰ ਪ੍ਰੋਸੀਡ ਕਰੇ ਮੇਰਾ ਸ਼ੁਰੂ ਤੋਂ ਕਦੇ ਬਿਜ਼ਨਸ ਵੱਲ ਇੰਟਰਸਟ ਹੋਇਆ ਨਹੀਂ ਮੇਰਾ ਇੰਟਰਸਟ ਹੀ ਇਹ ਸੀਗਾ ਕਿ ਮੈਂ ਜੁਡੀਸ਼ੀਅਲ ਆਫਿਸਰ ਹੀ ਬਣਨਾ ਹੈ ਅੱਜ ਉਸ ਦੇ ਵਿੱਚ ਤੁਸੀਂ ਕਾਮਯਾਬ ਹੋ ਗਏ ਪਰਮਾਤਮਾ ਦੀ ਕਿਰਪਾ ਜੀ ਵੱਡਿਆਂ ਦਾ ਆਸ਼ੀਰਵਾਦ ਹੈ ਅਤੇ
पॉसिबल हो पाया है चीज़ जी। सर की कहना चाहोगे, मैसेज की देना चाहोगे साढ़े चैनल के थ्रू? मैसेज सर मेरे मैं यही देना चाहूँगा, पहला तो मैं बहुत शुक्रगुजार हाँ परमात्मा का, मानयोग ऑनरेबल हाई कोर्ट ऑफ पंजाब एंड हरियाणा जिन्होंने मैनू सिलेक्ट कर, एक मैसेज मैं देना चाहूँगा कि मैं थ्रू आउट अपनी सर्विस दे विच जस्टिस लई काम करूँगा, लॉ दे दायरे दे विच रह के, कानून दे दायरे दे विच रह के न्याय जिहड़ा मेरा मेन मुख्य काम हैगा मैं वह निभावांगा, अपनी सेवावां निभावांगा। उस तो इलावा सर बच्चियां नू जिहड़े अज दे ने उन्हां नू यही मैसेज है कि बाहर नहीं सब कुछ हैगा, साडा भारत बहुत अच्छा हैगा और भारत दे विच इन्नियां ओपरचुनिटीज़ ने, इंडिया दे विच ईवन पंजाब दे विच इन्नियां ओपरचुनिटीज़ ने, बच्चे वर्क करन, ये जरूरी नहीं है चलो सरकारी नौकरियां तो है ही है, सब कुछ दे रही है सरकार, अच्छा सानू हेल्प कर रही है, इन्ना कुछ है, पर सानू कोशिश ये करनी चाहिए कि असी अपने बलबूते ते अपने देश का नाम रोशन करिए। बिल्कुल जी, अपनी फैमिली दे विच किहदा किहदी सपोर्ट दा तुसीं दसना चाहोगे? सर सब तो पहला तो मेरे स्वर्गीय दादी जी, जिन्हां दा इन्ना मेरे ते आशीर्वाद रहा है, जिन्होंने मैनू अज इस मुकाम तक पहुँचाया है। मैनू अपने खाण पीन की कदें फिक्र नहीं होंगी सी, मैं अंदर बैठा पढ़ता पाया, उन्होंने चुप करके आना है, मैनू खाना जिहड़ा हैगा वह पकड़ा के चले जाना है। घर दे विच कदे भी इहो जिहा नहीं होया कि मैनू यह लगा कि बाहर कोई शोर शराबा हो रहा, मैं पढ़ रहा वा ना तो एन काम हुंदा सीगा। मैं कहूँगा लाइब्रेरी किसी च इन्नी शांति नहीं होगी जिनी ना मैनू घर शांत माहौल मिलता हुंदा सी, मतलब कि मैं अपने घर च पढ़ के बहुत खुश हुंदा सीगा कि इन्ना शांत माहौल हुंदा सी। उसदे लई सब तो ज़्यादा योगदान मेरे दादी माँ दा है, ठीक है, उस तो बाद मेरे ग्रैंडफादर जिन्होंने द्वार तो मैनू लगाया इस काम वास्ते, क्योंकि पंजाब तो बाद मैं दिल छड़ चुका सी, मैं क्या थोड़ा मुश्किल है और गिवन के हुन फैमिली दे जो सरकमस्टांसिस ने थोड़ा मुश्किल हो जाएगा, बट ही ओनली लाइक ही गाइडेड मी, ही वॉन्टेड मी टू परस्यू दिस ओनली, सो ओनली बिकॉज ऑफ हिम आई परस्यूड इट अगेन। तो फिर वो एक मेरे लिए मेरे ग्रैंडफादर बहुत वड्डी सपोर्ट ने, फिर अल्टीमेटली मेरे फादर जिहड़े थ्रू आउट मेरे नाल रहे ने, थ्रू आउट मेरी जर्नी मेरे नाल रहे ने। 3 दिन सर पेपर हुंदा है मेंस दा, मेरे फादर 3 दिन धुप्प च बाहर खड़दे सी मेंस दे पेपर दे विच, मैं अंदर बैठा पेपर दे रहा वा छावें, मेरे फादर 3 दिन मेंस दा पेपर हुंदा है, ते तीनों दिन 3 वार मेरे नाल मेन्स देन गए ने, हरियाणा पहला दिता फिर पंजाब फिर हरियाणा, 3 वार मेरे फादर गर्मी च बाहर खड़े ने मेरी वेट कर रहे ने, मैं पेपर दे के आ रहा वहाँ और इन्नी सपोर्ट मेरी करनी, मैनू इन्ना हौसला, कई बार हुंदा सीगा पेपर थोड़ा जा हो गया जिवें मतलब कि ना, क्योंकि पेपर अगले दिन फिर पेपर है, इस बार भी होया थोड़ा जा इंग्लिश का पेपर, मैनू मेरे अपने एंड ते लगा कि यार थोड़ा डाइसी होया, तो मैं बाहर आया तो पापा कहिंदे किवें होया, मैं यार पापा थोड़ा पेपर डाइसी रहा इस बार, तो ही वॉज़ लाइक कोई गल नहीं तू चल आप गां की तैयारी करिए, एवं ना इन्ना सोच है, तो आई थॉट ठीक है मेरे चु एक तुहाडे नाल एक सपोर्ट सिस्टम है ना, तो इट बिल्कुल इट हैल्प्स, वो थानू होर बूस्ट करता है, वो थानू एक्सलरेट करता है, ये नहीं है कि बंदा ठीक है कई कह देंगे ने मैं कला कला बंदा कुछ नहीं कर सकता, थोड़ी फैमिली की सपोर्ट, मोर ओवर थोड़ी टीचर की सपोर्ट, और कौशल सर का तो मेरे ते इन्ना परसनली आशीर्वाद हुंदा सीगा, मैं सर का तो देन ना पूरी जिंदगी नहीं दे सकता, मैं सर अज भी यही गल कह, मैं सर रोटी खान लाता अज मुंडे नू तुसी ते सर सर कहिंदे हाँ। उस तो बाद गल करिए मेरे चाचा जी ताया जी बैठे ने, ताया जी भी इसे गल नू जो पंजाब च होया ते ताया जी कहिंदे कि यार पुत आपां देना है अपने परिवार का नाम इसे नाल बनना है, तो मैं कहता है जी तुहाडा आशीर्वाद है अपना नाम अगे ही तुसी, मतलब कि कोई ओह जिहा है ही नहीं, क्योंकि मेरे वड्डे ताया जी जिहड़े साधू राम जी ते मेरे दादा जी ने उन्होंने ऑलरेडी इन्ना परिवार का नाम, उस तो बाद मेरे ताया जी ने मेरे पापा ने मेरे चाचा जी ने उन्होंने, फिर उस तो बाद एक स्पैशल थैंक्स है मेरे चाचा जी सुखवंत सिंह सोनू जी, ये मेरे मतलब कि इन्ना क इन्होंने मेरा साथ दिता है किसी भी गल पर, मतलब कि मैं कोई इशू आना क्योंकि ना ये अपने आप बने ने जो बने ने, ये मेरे लिए एक इंस्पीरेशन होंगे सके कि किस हो जे घर तो उठ के चाचा जी कितों तक पहुँच गए, तो मैं ये गल कहते माधव यार जिंदगी चाहो जी औरत औखिया तो आदि रहेंदी इन्हों तो इन्हों ना औंकड़ा इन्हों ना, ना कुछ समझिया कर, तो मैं चाचा जी कहना मैं कहा चाचा आ गई, चाचा जी ने अपनी कोई प्रॉब्लम हो जी दसनी, मैं चाचा जी यहोजी प्रॉब्लम तो निकले मेरी तो है ही कुछ नहीं, तो चाचा जी मतलब कि उस तरह मेरा बहुत एक सपोर्ट करते, फिर मेरिया भूआ ने वो थोड़े जे रिलीजियस ज़्यादा ने, तो वो बेचारियां मेरे लिए पाठ करना स्पेशली उन्होंने, फिर मेरी सिस्टर है, उस सिस्टर का तो मतलब कि आज की डेट चो पैर ही नहीं लगते पे जी, मेरी सिस्टर माधवी वह मेरे सिस्टर मेरे जीजा जी उन्होंने भी मतलब कि बहुत देन है, मेरी सिस्टर भी पेपर के मेरे नाल ही आ जाती सी, उन्हें भी बेचारी ने गर्मी छोटा बच्चा वह उन्हें लैके उत्थे खड़ी रहना
वेट करनी, फिर उन्हें भी यही गल कहनी, माधव कोई गल नहीं बहुत अच्छा होया तू, एवें सोच रहे हैं। ईवन इंटरव्यू तो बाद भी ना थोड़ा जहा जिवें हो ही जाता है बंदे नूं, ते वो मैनू कहंदी लै इन्ना तो वधिया तेरा इंटरव्यू हो, मैं कहा होया तो वधिया बट थोड़ा जहा हुंदा है कि 200 नंबर चाहिए जी। मेरे सामने एक मिसाल है जी, यह नौजवानों के लिए, पंजाब के जिन्हें भी नौजवान इस वीडियो देख रहे हैं एकता लहर के माध्यम लिए, एक मिसाल है 28 साल का जो बच्चा आया अज जज बनया मलसिया के बेच, सारे मुबारकबाद दे रहे हैं, साढ़े दिलों सलूट करते हैं सर तैनू, एक 28 साल दिन इन्होंने फादर साहब ना जरूर मैं गलबात करा सर की ना जी। जय जय हिंद सर। ना जी सर कि लग रहा जी तैन? बहुत वधिया लग रहा जी, बहुत मैं इतने बच्चे कहना इन्हें बहुत पढ़ाई की रात ने किया, बहुत मेहनत की, मेहनत का फल भी मिल गया। एक बात है जी अखा चो मैं अथरू देख रहा वहां, इन्होंने जिनी मेहनत कराई है दादा जी इन्होंने इन्नी मेहनत कराई, एक इन्होंने गल करते करते इन्होंने अखा के अथरू आ गए, हूँ कि लग रहा जी इस वक्त? बहुत खुशी हो रही है, खुशी हो रही है, लगता जिदा आसमान सिर ते आ गया है। बहुत नेक बच्चा, नेक बच्चा जी, इदा के बच्चे घर घर पैदा हो, बिल्कुल जी, ये भी बिल्कुल बिल्कुल साढ़िया दुआवां आ ताया जी ने, चाचा जी भी ने, एक खुशियां भरिया माहौल है घर दे विच। सर ना जी अश्विनी कुमार जी, अश्विनी कुमार जी किस तरह अज बहुत खुशी दा दिन है जी, जज बने हैं, बहुत परिवार दा मान वधिया साडे दा जी जी, बच्चे ने साडे परिवार नूं चार चंद ला दिते जी जी, असी प्रभु दा इन्ना शुकराना करदे आ वार वार कि जो सानू तू इह पदवी दित्ती है असी कदी भी भुलांगे नहीं, भी सानू जिन्ना मान बख्शे। चलो राजनीतिक तौर पर साढ़े परिवार का ना सी, व्यापारक तौर पर भी ना सी, बिल्कुल, पर जिहड़ा ये माण है ये सब तो उपर माण है, इस तो वड्डी कोई चीज़ नहीं, बिल्कुल। और असी बहुत बहुत सारे भरावां दे या जड़े साढ़े इनू गाइड करने वाले टीचर सी उन्हां दे और परमात्मा दे भरावां दे सब दे बहुत बहुत धन्नवादी हैं जिन्होंने सानू सहयोग दिता। जज बने भतीजा जी मैं जी आओ जी माधव अग्रवाल जी एक साडे पिंड मलसिया का जी बहुत ना उच्चा किया जी, नौजवानों लिए बहुत ही एक तुसी समझ लो मिसाल पैदा की है भी पैसे होने के बावजूद भी पढ़ना एक बहुत जरूरी है, बहुत जरूरी है जी, मेरी गल बहुत वधिया इन्हें मिसाल पैदा की है जी, तो साडा लिए बहुत साढ़े परिवार लिए इन्होंने बहुत वधिया तुसी सोच ही सकते साडा हुण बैठ कहण साडे कोई शब्द है नहीं गे, तुहाडे बारे भी तुहाडी भी बहुत तारीफ कीती सी, बहुत साथ दित्ता कहिंदे इन्हां नूं, मैं कहा जी बच्चा साडे इन्ने कहण च जी तुसी हर कोई असीं चाहुंदे परमात्मा रब हरेक जिहड़ा इहो जिहा बच्चा देवे, बिलकुल भी बहुत वधिया इंसान आ जी, ते तुसी बाकी गलबात कर ही लई साडे तों ज्यादा तुसी जजमेंट करदे जी, अभी नाल मौजूद ने दादा जी, मौजूद ने फादर साहब ने, चाचा जी, ताया जी, पूरी फैमिली नाल आ। हाँ जी सर नाम दस्यो जी सब पहले, मेरा संजीव कुमार है जी। हाँ जी जी अज जज साहब बैठे, मैं जज साहब कहवांगा, जज साहब बैठे तेरे नाल अज, इस टाइम ते इस खुशी दा मेरे कोई वर्ड नहीं है जेडे मैं परमात्मा दा धन्नवाद कर सकां, जो परमात्मा ने खुशी साडे परिवार ते बख्शी आ अमुल्य आ, इहदा कोई मुल नहीं, बच्चे ने मेहनत की है पर परमात्मा ने जो बख्शिश की है ना उहदा कोई देन नहीं। सर किस तरह इहदा बचपन तो ही शौक सी? बचपन तो मेरी मदर का शौक सी डॉक्टर बनाना जी, और वो चाहती सी कि मैं इनू डॉक्टर बनाना, साड़ी फैमिली च मोस्टली बच्चे डॉक्टर आ, मेरी सिस्टर दे मोस्टली बच्चे जिन्ने ने सारे डॉक्टर्स ने जी, मेरी सिस्टर फगवाड़े आ उहदे तिन्ने बच्चे डॉक्टर ने, तिन्ने बच्चे एम डी आ, दूसरी सिस्टर उहदे बच्चा बेटी उहदी डी एम कार्डियो आ, इनू जो असं टेंथ के विच गल कही मैं क्या भी तेनू ना तू इस तरह कर कोई नहीं आप पेड सीट लै लाँगे, तो मैं बारह अपनी सिस्टर की बेटी ली सीट की जो गल की तेन क्या, तो कहता नहीं मैं नहीं करना मैं ला ही करना, इन्हें जी एन डी यू
बाबे की नगरी के लैके जिस दिन असी इनू अमृतसर छड के आए ना तो मैं एक ही अरदास करके आया सी बाबा तेरी नगरी च तेरे को तेरा बच्चा छड चले हाँ तो तू ही सब कुछ करना उन्हें सब कुछ किया। मेरा नाम है जी अभय गुप्ता जी, जी। जो माधव अग्रवाल जी मेरे ब्रदर ने ये जो छोटे ब्रदर है तो जो कि जज का पेपर क्लीयर करके जज बने ने जिन्होंने साडे मलसिया अते साडे सारे परिवार का नाम रोशन किया जी, जी। असी मतलब बहुत ज़्यादा खुश हाँ कि असी इस अपने वर्ड्स में बयान नहीं कर सकते जी। जो भरा तो पता लगता जी भी मेरा जज बन गया। हाँ जी तो किदा दा लगा तन किदा दा महसूस मतलब कि पैर एक जगह नहीं खड़े हुए कि मतलब बहुत ज़्यादा खुशी हुई कि उन्होंने नहीं बयान कर सकते वर्ड्स दे विच। ते किस तरह तुहाडा जानी कि जोड़ी भरावां दी जोड़ी भरावां दा प्यार तुसी पूरा साथ दिता होना इहदा। हाँ जी हाँ जी गाइड रही आ पूरी गाइडेंस रही नाल छोटे भरा नाल दिल दे विच खुशी भी है इहनां दी ते थोड़े थोड़े भावुक हो रहे ने नाल नाल एक बच्चा ये पंजाब दे नौजवानों नूं एक सबक आ वी बाहर ना भजो बाहर ना जाओ जे पैसा हैगा वा पैसे नाल इत्थे भी तुसी सब कुछ कर सकते हो। माधव अग्रवाल जी जिहड़े अज मलसिया दे विच जज बने ने उहनां दे घर दे विच असी मौजूद हाँ सारी फैमिली दे नाल गलबात कीती आ। एक बार एकता लहर न्यूज़ दे वल्लों वी तुहानूं दिलों सलूट आ सर एक 28 साल का बच्चा जज बने इस तों वध खुशी हो नहीं सकती। कैमरा परसन सुमित धिंगड़ा दे नाल सुशील धिंगड़ा एकता लहर न्यूज़ नकोदा।